ਮੋਸਟ ਅਵੇਟਡ ਪੰਜਾਬੀ ਮੂਵੀ ਮੰਜੇ ਬਿਸਤਰੇ 2 ਅੱਜ ਸਿਨੇਮਾ ਘਰਾਂ ਵਿੱਚ ਦਸਤਕ ਦੇ ਚੁੱਕੀ ਹੈ ਤੇ ਇਹ ਮੂਵੀ ਲੋਕਾਂ ਵੱਲੋਂ ਬਹੁਤ ਪਸੰਦ ਵੀ ਕੀਤੀ ਜਾ ਰਹੀ ਹੈ। ਮੰਜੇ ਬਿਸਤਰੇ 2 ਪੰਜਾਬੀ ਸਿਨੇਮਾ ਦੀ ਪਹਿਲੀ ਮੂਵੀ ਹੈ ਜੋ ਕਿ 362 ਸਿਨੇਮਾ ਘਰਾਂ ਵਿੱਚ ਲੱਗੀ ਹੈ ਤੇ ਇਹ ਪੰਜਾਬ ਵਾਸਤੇ ਪ੍ਰਾਊਡ ਵਾਲੀ ਗੱਲ ਹੈ। ਮੰਜੇ ਬਿਸਤਰੇ ਮੂਵੀ ਦੇ ਵਿੱਚ ਮੰਜੇ ਬਿਸਤਰੇ ਪੰਜਾਬ 'ਚ ਇਕੱਠੇ ਕੀਤੇ ਗਏ ਸੀ, ਬਟ ਇਸ ਵਾਰ ਮੰਜੇ ਬਿਸਤਰੇ 2 'ਚ ਵਿਆਹ ਦਾ ਮਾਹੌਲ ਕੈਨੇਡਾ ਦੀ ਧਰਤੀ ਤੇ ਬਣਾਇਆ ਗਿਆ ਹੈ ਤੇ ਕੈਨੇਡਾ ਦੇ ਵਿੱਚ ਲੱਗੇ ਇਸ ਵਿਆਹ ਦੇ ਮੇਲੇ ਨੂੰ ਸਿਨੇਮਾ ਘਰਾਂ ਵਿੱਚ ਲੋਕਾਂ ਵੱਲੋਂ ਬਹੁਤ ਹੀ ਪਸੰਦ ਵੀ ਕੀਤਾ ਜਾ ਰਿਹਾ ਹੈ। ਮੰਜੇ ਬਿਸਤਰੇ 2 ਮੂਵੀ ਹਾਸਿਆਂ ਨਾਲ ਭਰੀ ਹੋਈ ਹੈ ਤੇ ਇਹ ਮੂਵੀ ਬੋਰ ਨਹੀਂ ਹੋਣ ਦਿੰਦੀ। ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਮੁੱਖ ਭੂਮਿਕਾ ਨਿਭਾ ਰਹੇ ਨੇ ਤੇ ਮੂਵੀ ਦੇ ਵਿੱਚ ਗਿੱਪੀ ਤੇ ਸਿਮੀ ਚਾਹਲ ਦਾ ਰੋਮੈਂਸ ਵੀ ਦਿਖਾਈ ਦਿੰਦਾ ਹੈ। ਗਿੱਪੀ ਤੇ ਸਿਮੀ ਚਾਹਲ ਤੋਂ ਇਲਾਵਾ ਇਸ ਮੂਵੀ ਦੇ ਵਿੱਚ ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਅਨੀਤਾ ਦੇਵਗਨ ਤੇ ਗੁਰਪ੍ਰੀਤ ਘੁੱਗੀ ਨੇ ਆਡੀਅੰਸ ਨੂੰ ਆਪਣੇ ਕਾਮੇਡੀ ਪੰਚਸ ਨਾਲ ਬਹੁਤ ਐਂਟਰਟੇਨ ਕੀਤਾ ਹੈ। ਮੰਜੇ ਬਿਸਤਰੇ 2 ਮੂਵੀ ਨੂੰ ਡਾਇਰੈਕਟ ਕੀਤਾ ਹੈ ਬਲਜੀਤ ਸਿੰਘ ਦਿਓ ਨੇ, ਜਿਨ੍ਹਾਂ ਨੇ ਕਿ ਮੰਜੇ ਬਿਸਤਰੇ ਡਾਇਰੈਕਟ ਕੀਤੀ ਸੀ ਤੇ ਡਾਇਰੈਕਸ਼ਨ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲਦੀ ਤੇ ਬਲਜੀਤ ਸਿੰਘ ਦਿਓ ਆਪਣਾ ਵਿਜ਼ਨ ਸਟੋਰੀ ਦੇ ਥਰੂ ਲੋਕਾਂ ਤੱਕ ਡਿਲੀਵਰ ਕਰਨ 'ਚ ਕਾਮਯਾਬ ਰਹੇ ਨੇ। ਜੇ ਅਸੀਂ ਗੱਲ ਕਰੀਏ ਪਬਲਿਕ ਰਿਵਿਊਜ਼ ਦੀ ਤਾਂ ਇਸ ਮੂਵੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਆਡੀਅੰਸ ਨੇ ਕਿਹਾ ਹੈ ਕਿ ਮੂਵੀ ਜ਼ਰੂਰ ਦੇਖੋ ਤੇ ਪੰਜਾਬੀ ਮੂਵੀਜ਼ ਅੱਡਾ ਦੀ ਟੀਮ ਵੱਲੋਂ ਇਸ ਮੂਵੀ ਨੂੰ 5 ਦੀ ਰੇਟਿੰਗ ਦਿੱਤੀ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਮੂਵੀ ਬਾਕਸ ਆਫਿਸ ਤੇ ਨਵਾਂ ਮਾਈਲਸਟੋਨ ਸੈੱਟ ਕਰੇ। ਤੇ ਐਵੇਂ ਹੀ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ ਨੂੰ ਪ੍ਰੈਸ ਕਰੋ।